ਧੰਨ ਧੰਨ ਬਾਬਾ ਮੱਕੀ ਸ਼ਾਹ ਜੀ। ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਪੀਰਾਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਸਮੇਂ ਮੁੱਖ ਸੇਵਾਦਾਰ ਬਾਬਾ ਕਾਲਾ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਸਾਡੇ ਰਿਪੋਰਟਰ ਦੇ ਨਾਲ ਵੀ ਗੱਲਬਾਤ ਕੀਤੀ। ਆਓ ਵੇਖੀਏ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵ ਟੀ ਵੀ। ਅੱਜ ਆਪਾਂ ਜੁੜਿਆ ਸ਼੍ਰੀ ਗੋਇੰਦਵਾਲ ਸਾਹਿਬ ਜੋ ਬਾਬਾ ਜੀ ਦਾ ਮੇਲਾ ਹੈ। ਆਓ ਜੀ ਕਰਦੇ ਹਾਂ ਪ੍ਰਬੰਧਕਾਂ ਨਾਲ ਗੱਲ ਮੇਲੇ ਬਾਰੇ ਜੀ। ਹਾਂਜੀ ਬਾਬਾ ਜੀ, ਕਿ ਅੱਜ ਮੇਲਾ ਜੀ ਬਾਬਾ ਜੀ ਦਾ, ਅਤੇ ਪਹਿਲਾਂ ਜੀ ਬਾਬਾ ਜੀ ਦਾ ਤੁਸੀਂ ਨਾਮ ਔਰ ਬਾਬਾ ਜੀ ਦਾ ਜੋ ਵੀ ਇਤਿਹਾਸ ਹੈਗਾ ਤੁਸੀਂ ਸਾਨੂੰ ਸੰਗਤਾਂ ਨੂੰ ਚੈਨਲ ਰਾਹੀਂ ਸਾਡੇ ਅਤੇ ਥੋੜ੍ਹਾ ਦੱਸੋ ਬਾਬਾ ਜੀ। ਪੀਰ ਬਾਬਾ ਮੱਕੀ ਸ਼ਾਹ ਮਾਤਾ ਸੋਡੋ ਦੀ ਜਗ੍ਹਾ ਹੈ ਅਤੇ ਦੋਵਾਂ ਦੇ ਇਹਨਾਂ ਦੇ ਚਲਾ ਸਕਦੇ ਹੁੰਦੇ। ਹਾਂਜੀ, ਕਦੋਂ ਤੋਂ ਬਾਬਾ ਜੀ ਇਹ ਜਗ੍ਹਾ? ਇਹ ਸਾਡੇ ਵੇਖਣ ਤੋਂ ਬਚਪਨ ਤੋਂ। ਹਾਂਜੀ, ਪਹਿਲਾਂ ਆਪਣੇ ਵੱਡ ਵਡੇਰੇ ਜਾਂ ਇੱਥੇ ਕਰਦੇ ਕਿ ਜਾਂ? ਨਹੀਂ ਨਹੀਂ, ਸਾਡੇ ਹੁੰਦੇ ਇਹ ਹੋਇਆ ਵਾ। ਅੱਛਾ ਜੀ। ਇੱਥੇ ਇਹ ਪਾਣੀ ਭਰਨਾ, ਇੱਥੇ ਚਿਰਾਗ ਜਗਦੇ ਹੁੰਦੇ ਅਤੇ ਇੱਥੇ ਨਹਾਈਦਾ ਵੀ। ਅੱਛਾ ਜੀ। ਹਾਂਜੀ, ਅਤੇ ਸੰਗਤਾਂ ਦੇ ਸੰਯੋਗ ਨਾਲ ਮੇਲਾ ਕਰਦੇ ਜੀ ਤੁਸੀਂ? ਸੰਗਤ ਦੇ ਨਾਲ। ਅਤੇ ਕਿੰਨਾ ਚਿਰ ਹੋ ਗਿਆ ਮੇਲਾ ਮਨਾਉਂਦੇ ਨੂੰ ਜੀ? ਮੇਲਾ ਮਨਾਉਂਦੇ ਨੂੰ ਆਪਾਂ ਨੂੰ ਹੋ ਗਿਆ 4 ਸਾਲ ਹੋ ਗਿਆ। 4 ਸਾਲ ਹੋ ਗਿਆ ਜੀ। ਸਾਰੇ ਸੰਗਤ ਸਹਿਯੋਗ ਕਰਦੇ? ਹਾਂ, ਸਾਰੀ ਸੰਗਤ ਦਾ ਸਹਿਯੋਗ ਪੂਰਾ ਹੁੰਦਾ। ਅਤੇ ਔਰ ਤੁਸੀਂ ਸਾਡੇ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਸੰਗਤਾਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ, ਵੱਧ ਚੜ੍ਹ ਕੇ ਸੰਦੋਕ ਦਿਓ ਅਤੇ ਆਪਾਂ ਬਾਬੇ ਦਾ ਬਹੁਤ। ਜਗਜੀਤ ਸਿੰਘ ਸੰਧੂ ਦੀ ਰਿਪੋਰਟ, ਪੰਜਾਬੀ ਐਕਟਿਵ ਟੀ ਵੀ, ਸ਼੍ਰੀ ਗੋਇੰਦਵਾਲ ਸਾਹਿਬ।